ਬ੍ਰਿਗੇਡੀਅਰ ਰਜਿੰਦਰ ਸਿੰਘ ਹੁੰਦੀ ਜੈਂਤੀ ਪਰ ਯੁਵਾ ਰਾਜਪੂਤ ਸਭਾ ਦੀ ਟੀਮ ਨੇ ਆਨੀ ਸ਼ਰਧਾਂਜਲੀ ਦਿੱਤੀ ਹੈ। ਅਸ ਅੱਗੇ ਸੇਵੀਅਰ ਆਫ ਕਸ਼ਮੀਰ ਬ੍ਰਿਗੇਡੀਅਰ ਰਜਿੰਦਰ ਸਿੰਘ ਅੱਜ ਉਹਦੀ ਜੈਂਤੀ ਹੈ ਔਰ ਜੈਂਤੀ ਪਰ ਯੁਵਾ ਰਾਜਪੂਤ ਸਭਾ ਦੀ ਟੀਮ ਨੇ ਆਨੀ ਅੱਜ ਇੱਥੇ ਸ਼ਰਧਾਂਜਲੀ ਦਿੱਤੀ ਹੈ। ਅਸ ਅੱਗੇ ਕਿ ਅੱਜ ਕਸ਼ਮੀਰ ਜੰਮੂ ਕਸ਼ਮੀਰ ਪਰ ਵੱਡੀ ਵੱਡੀ ਸਿਆਸਤਾਂ ਹੋਈਆਂ ਨੇ ਔਰ ਸਾਡੇ ਪ੍ਰਧਾਨ ਮੰਤਰੀ ਰਕਸ਼ਾ ਮੰਤਰੀ ਸਾਰੇ ਆਣੀ ਹੈ ਇੱਥੋਂ ਤਾਂ ਦੌੜਦੇ ਨੇ ਕਸ਼ਮੀਰ, ਲੇਕਿਨ ਕਸ਼ਮੀਰ ਕੀ ਬਚਾਉਣ ਵਾਲੇ ਕਸ਼ਮੀਰ ਕੀ ਸੇਵੀਅਰ ਕਰਨ ਵਾਲੇ ਬ੍ਰਿਗੇਡੀਅਰ ਰਜਿੰਦਰ ਸਿੰਘ ਦਾ ਸਟੈਚੂ ਤੁਹਾਡੇ ਸਾਹਮਣੇ ਲੱਗੇ ਦਾ ਇੱਥੇ ਅਤੇ ਇੱਥੋਂ ਦੀ ਹਾਲਤ ਦੇਖ ਲਓ ਕੀ ਹੈ। ਅਸ ਮਿਊਂਸੀਪਲ ਕਮਿਸ਼ਨਰ ਕੀ ਇੱਕ ਮਹੀਨਾ ਪਹਿਲਾਂ ਵੀ ਮਿਲੇ ਜੀ ਹੈ, ਅਸੀਂ ਇੰਨੀ ਗੱਲ ਆਖੀ ਸੀ ਕਿ ਜਿੰਨੇ ਵੀ ਸਾਡੀ ਧਰੋਹਰਾਂ ਨੇ ਸਾਡੀ ਜੰਮੂ ਦੀਆਂ ਜਿੰਨੇ ਵੀ ਸਾਡੇ ਸਟੈਚੂ ਨੇ ਇਹਦੀ ਦੇਖਭਾਲ ਰੱਖੀ ਜਾਏ, ਪਰ ਇਹਦੇ ਪਰ ਕੋਈ ਕੰਮ ਨਹੀਂ ਹੋਇਆ। ਅੱਜ ਇੱਥੋਂ ਦੀ ਹਾਲਤ ਦੇਖ ਲਓ, ਮੈਂ ਤੁਸੀਂ ਆਖਾਂ ਕਿ ਇੱਥੇ ਸਾਰੇ ਕੈਮਰਾ ਮਾਰੀ ਹੈ, ਇਹ ਚੀਜ਼ ਸਾਰੇ ਜੰਮੂ ਕਸ਼ਮੀਰੀ ਲੱਭਣੀ ਚਾਹੀਦੀ ਹੈ, ਕਿਉਂਕਿ ਜਿਹੜੇ ਸਾਡੇ ਬਜ਼ੁਰਗੇ ਆਪਣੀ ਜਾਨ ਦੀ ਕੁਰਬਾਨੀਆਂ ਦੀ ਹੈ ਇਹ ਜੰਮੂ ਕਸ਼ਮੀਰ ਬਚਾਇਦਾ ਹੈ, ਤਾਂ ਅੱਜ ਉਹਦੀ ਹਾਲਤ ਦੇਖ ਲਓ ਕੀ ਹੈ। ਕਿਉਂਕਿ ਸਾਡਾ ਕੋਈ ਵੀ ਅਫਸਰ ਇੱਥੇ ਸਾਹਮਣੇ ਕੋਈ ਨਹੀਂ ਲੱਭਦਾ, ਕਿਉਂਕਿ ਲੋਕਲ ਅਫਸਰ ਅਪੁਆਇੰਟ ਗਏ ਨਹੀਂ ਹਨ, ਸਾਡੇ ਬਾਹਰ ਦੇ ਲੋਕ ਜਿਹੜੇ ਲਾਏ ਗਏ ਦੇ ਨੇ ਕੋਈ ਦਿਲਚਸਪੀ ਨਹੀਂ ਲੈਂਦਾ ਜੰਮੂ ਕਸ਼ਮੀਰ ਪਰ, ਔਰ ਖਾਸ ਕਰਕੇ ਅਸੀਂ ਆਪਣੇ ਜੰਮੂ ਸੂਬੇ ਦੀ ਗੱਲ ਕਰੀਏ, ਜੰਮੂ 'ਚ ਕੋਈ ਜਿਹੜਾ ਇੰਟਰਸਟਡ ਨਹੀਂ ਹੈ, ਅਤੇ ਸਾਡੀ ਜਿਹੜੀ ਦਰੋਹਰੇ ਦੀ ਹਾਲਤ ਅੱਜ ਦੇਖ ਲਓ ਕੀ ਬਣੀ ਦੀ ਹੈ। ਅਸੀਂ ਇਹ ਆਖਗੇ ਕਿ ਜਿਹਨੇ ਜੰਮੂ ਕਸ਼ਮੀਰ ਕੀ ਬਚਾਇਆ ਆਪਣੀ ਆਖਰੀ ਸਾਹ ਤੱਕ ਲੜਦੇ ਰਹੇ, ਆਖਰੀ ਗੋਲੀ ਤੱਕ ਆਪਣੇ ਮਹਾਰਾਜ ਦਾ ਹੁਕਮ ਮੰਨਿਆ ਔਰ ਆਪਣੀ ਆਖਰੀ ਸਾਹ ਤੱਕ ਲੜਦੇ ਰਹੇ, 4 ਦਿਨ ਕਬਾਲੀਆਂ ਕੀ ਰੋਕੀਆ ਰੱਖਿਆ, ਅਤੇ ਫਿਰ ਉਹਦੇ ਬਾਅਦ ਮਹਾਰਾਜਾ ਸਾਹਿਬ ਨੇ ਵਿਲੇ ਕੀਤਾ, ਅਤੇ ਉਹਦੇ ਬਾਅਦ ਇੰਡੀਅਨ ਆਰਮੀ ਇੱਥੇ ਆਈ ਸੀ। ਅਗਰ ਕਸ਼ਮੀਰ ਕੀ ਬਚਾਉਣ ਵਾਲੇ ਕੋਈ ਆ ਇਹ ਉਹ ਇਹ ਹੀਰੋ ਹੈ ਬ੍ਰਿਗੇਡੀਅਰ ਰਜਿੰਦਰ ਸਿੰਘ ਜੀ, ਇਹ ਹਮੇਸ਼ਾ ਅਮਰ ਰਹਿਣਗੇ, ਉਹ ਸਾਡੇ ਦਿਲ 'ਚ ਹਮੇਸ਼ਾ ਇਹਦੀ ਜਗ੍ਹਾ ਰੋਕ। ਬੜੀ ਪੁਰਾਣੀ ਪਿਕਚਰ ਦਾ ਇੱਕ ਗਾਣਾ ਹੈ, ਕਿਸ ਕੋ ਸੁਣਾ ਏ ਕੌਣ ਸੁਣੇਗਾ। ਉਹ ਹਾਲਾਤ ਆ ਜੰਮੂ ਦੇ ਬਣੇ ਦਿਨ, ਡੀਪ ਕੌਮ ਸਾਹਿਬ ਅਗਰ ਮੇਰੀ ਆਵਾਜ਼ ਸੁਣਾ ਦੇਣ, ਮਿਊਂਸੀਪਲ ਕਮਿਸ਼ਨਰ ਮੇਰੀ ਗੱਲ ਸੁਣਾ ਦੇਣ, ਜ਼ਰੂਰੀ ਨਹੀਂ ਹੈ ਆ ਤੁਹਾਡੇ ਦਫ਼ਤਰਾਂ ਨੇ ਤੁਹਾਡੀਆਂ ਕੁਰਸੀਆਂ ਭੰਨ ਕੇ ਤਾਂ ਤੁਸੀਂ ਯਾਦ ਲਾਉਣਾ ਹੈ। ਇੱਥੋਂ 100 ਮੀਟਰ ਦੇ ਉੱਪਰ ਸਾਡੀ ਜੰਮੂ ਦੀ ਸੈਕਟਰੇਟ ਹੈ, ਜਿੱਥੋਂ ਪੂਰਾ ਜੰਮੂ ਕਸ਼ਮੀਰ ਚੱਲਦਾ ਹੈ। 150-200 ਮੀਟਰ ਦਾ ਉੱਪਰ ਮਿਊਂਸੀਪਲ ਕਾਰਪੋਰੇਸ਼ਨ ਦਾ ਦਫ਼ਤਰ ਹੈ। ਇਹ ਚੌਕ ਜਿੱਥੋਂ ਪੂਰੀ ਜੰਮੂ ਕਸ਼ਮੀਰ ਦੇ ਸਿਆਸਤਦਾਨ ਚੱਕਰ ਲਾਉਂਦੇ ਨੇ, ਜਿਹੜੇ ਰੋਜ਼ ਪਿੱਟੀ ਪਿੱਟੀ ਜੰਮੂ ਦੇ ਠੇਕੇਦਾਰ ਬਣਦੇ ਨੇ। ਲੇਕਿਨ ਬਦਕਿਸਮਤ ਦੀ ਦੇਖੋ ਜੰਮੂ ਦੇ ਡੋਗਰੇ ਦੀ, ਇੱਕ ਡੋਗਰਾ ਲਾਲ ਜਿੰਨਾ ਸਾਹੇਗੀ ਪੂਰੇ ਕਵਾਲੀਓਂ ਕੋਲ ਹਿੰਦੁਸਤਾਨ ਕੀ ਇੱਕ ਨਾਇਆਬ ਤੋਹਫਾ ਜਿਹੜਾ ਕਸ਼ਮੀਰ ਦੇ ਰੂਪ 'ਚ ਸੰਯੋਗ ਦਿੱਤਾ, ਅੱਜ ਉਹਦਾ ਜਨਮ ਦਿਨ ਹੋਵੇ ਭਾਵੇਂ ਉਹਦਾ ਜਿਹੜਾ ਵੀਰ ਗਤੀ ਕੀ ਪ੍ਰਾਪਤ ਹੋਣ ਦਾ ਦਿਨ ਹੋਵੇ, ਨਾ ਤਾਂ ਸਰਕਾਰਾਂ ਚੇਤਾ ਰੱਖਦੀਆਂ ਨਾ ਤਾਂ ਐਡਮਿਨਿਸਟ੍ਰੇਸ਼ਨ। ਲੇਕਿਨ ਬੜੀ ਬਦਕਿਸਮਤ ਦੀ ਹੈ, ਪੂਰੇ ਜੰਮੂ ਸ਼ਹਿਰ ਦੇ ਵਿੱਚ ਲੱਖਾਂ ਰੁਪਏ ਕਰੋੜਾਂ ਰੁਪਏ ਖਾਏ ਨੇ ਜਿਹਨੇ ਸਮਾਰਟ ਸਿਟੀ ਸਮਾਰਟ ਸਮਿਟੀ ਦਾ ਢਿੰਡੋਰਾ ਪਿੱਟੀ ਪਿੱਟੀ ਹੈ, ਲੇਕਿਨ 2-4 ਲੱਖ ਰੁਪਇਆ ਇੱਥੇ ਬ੍ਰਿਗੇਡੀਅਰ ਰਜਿੰਦਰ ਸਿੰਘ ਦੇ ਸਮਾਰਕ ਪਰ ਲਾਉਣ ਦਾ ਹੀ ਇਸ ਮੁਸੀਬਤ ਪਰ ਨਹੀਂ ਹੈ। ਮੈਂ ਅੱਜ ਤੁਹਾਡੇ ਮਾਧਿਅਮ ਕੰਨਾ ਮੈਂ ਹੁਣ ਇਹ ਸੁਣਾਉਣਾ ਚਾਹੁੰਦਾ ਕਿ ਇਹ ਇੱਕ ਰਾਜਪੂਤ ਪਰਿਵਾਰ ਕੰਨਾ ਬਿਲੋਂਗ ਕਰਦੇ ਹੈ ਬ੍ਰਿਗੇਡੀਅਰ ਰਜਿੰਦਰ ਸਿੰਘ ਬਬੂਨੇ ਦੇ ਵਿੱਚ ਇਹਦਾ ਜਨਮ ਹੋਇਆ, ਇਹਨੇ ਹਿੰਦੁਸਤਾਨ ਦਾ ਤਾਜ ਬਚਾਇਆ ਦਾ ਕਸ਼ਮੀਰ ਜਿਹੜਾ ਹਿੰਦੁਸਤਾਨ ਦਾ ਤਾਜ ਹੈ, ਇਹਨੇ ਆਪਣੀ ਜਾਨਾਂ ਦੇਈ ਹੈ, ਜਿਹੜੇ ਆਖਦੇ ਨਾ ਕਸ਼ਮੀਰ ਹਮਾਰਾ ਹੈ, ਕਸ਼ਮੀਰ ਕਿਸੇ ਦੇ ਪਿਓ ਦਾ ਨਹੀਂ ਹੈ, ਕਸ਼ਮੀਰ ਇਹਨੇ ਲੋਕਾਂ ਦਾ ਜਿਹਨੇ ਆਪਣੀ ਜਾਨਾਂ ਦੇਈ ਹੈ ਤਾਂ ਕਸ਼ਮੀਰ ਕੀ ਬਚਾਇਆ ਦਾ। ਲੇਕਿਨ ਬੜੀ ਬਦਕਿਸਮਤੀ ਹੈ ਅੱਜ ਸਰਕਾਰਾਂ ਜਾਂ LG ਪ੍ਰਸ਼ਾਸਨ ਲੈ ਲਓ, UT ਪ੍ਰਸ਼ਾਸਨ ਲੈ ਲਓ, ਇਹਦੇ ਕੋਲ ਪਹਿਲੇ ਵੀ ਸਰਕਾਰਾਂ ਲੈ ਲਓ, ਸਿਰਫ ਸਟੈਚੂ ਬਣਾਉਣਾ, ਨਾ ਤਾਂ ਇੱਥੇ ਪਾਰਕ ਦੀ ਵਿਵਸਥਾ ਹੈ, ਨਾ ਤਾਂ ਇੱਥੇ ਪਾਣੀ ਹੈ, ਨਾ ਇੱਥੇ ਕੋਈ ਬੂਟੇ ਹਨ, ਕਿਹੜਾ ਗ੍ਰੀਨ ਜੰਮੂ ਬਣਾ ਦੇਣ, ਕਿਹੜੇ ਬੂਟੇ ਲਾ ਦੇਣ, ਇਹ ਇਹਦੀ ਪੋਲ ਜਿਹੜੀ ਖੋਲ੍ਹਾ ਦਾ। ਮੈਂ ਫਿਰ ਵੀ ਅਸੀਂ ਬੜਾ ਮਾਣ ਹੈ ਯੁਵਾ ਰਾਜਪੂਤ ਸਭਾ ਜੀ ਵੀ ਅਤੇ ਪੂਰੇ ਜੰਮੂ ਕਸ਼ਮੀਰ ਦੇ ਡੋਗਰੇ ਗੀ,
ਉਹ ਸ਼ੇਰ ਡੋਗਰਾ ਹਾਂ ਜਿਹਨੇ ਬੱਬੂ ਨੇ ਜਨਮ ਲਈ ਪੂਰੇ ਹਿੰਦੁਸਤਾਨ ਦੇ ਤਾਜ ਕੀ ਬਚਾਏ ਦਾ। ਅੱਜ ਉਹਦਾ ਜਨਮ ਦਿਨ ਹੈ। ਮੈਂ ਸਾਰੇ ਲੋਕਾਂ ਆਖਣਾ ਚਾਹਾਂ ਆਪਣੇ ਆਪਣੇ ਫੇਸਬੁੱਕ ਦੇ ਮਾਧਿਅਮ ਦੇ ਥਰੂ ਜਿੱਥੇ ਇੱਧਰਾਂ ਲੰਘੋ, ਇਹ ਜਿਹੜੀ ਦੂਰਦਸ਼ਾ ਇਹ ਮਿਊਂਸੀਪਲ ਕਾਰਪੋਰੇਸ਼ਨ ਦੀ ਦੇਖਣੀ ਚਾਹੀਦੀ। ਅੱਜ ਪ੍ਰਤੀਆਸ ਕਾਰਪੋਰੇਸ਼ਨ ਦੀ ਜਿਹੜੇ ਮਿਊਂਸੀਪਲ ਕਮਿਸ਼ਨ ਦੀ ਆਖਣਾ ਚਾਹੁੰਦੇ ਹਾਂ, ਅਗਰ ਜਲਦੀ ਗਿਆ ਤੁਸੀਂ ਇਹਦੇ ਪਰ ਕੋਈ ਰੱਖ ਰਖਾਵ ਨਹੀਂ ਕੀਤਾ ਤਾਂ ਫਿਰ ਜਿਹੜਾ ਸਾਡੇ ਕੋਲ ਸੌਦਾ ਹੈ ਨਾ, ਫਿਰ ਅਸੀਂ ਉਹ ਸੌਦਾ ਵਰਤਣਾ, ਫਿਰ ਅਸੀਂ ਕੁਹਾ ਕੇ ਆਖਣ ਨਹੀਂ ਜਾਣਾ। ਇੱਕ ਵਾਰੀ ਵਰਤੀ ਹੈ ਬੜੇ ਨਮ ਸੰਭਾਲ ਕਰਨਾ ਅਸੀਂ ਨਹੀਂ ਕਿ ਅੱਜ ਇੱਥੇ ਜਨਮ ਦਿਨ ਮਨਾਉਣ ਦਾ ਆਏ ਹਾਂ, ਕਿਉਂਕਿ ਆਖਦੇ ਨਾ ਯਾਦ ਜਨਮ ਬੜੇ ਜ਼ੋਰ ਲੈਂਦੇ, ਬੜੇ ਲੋਕ ਜੰਮਦੇ ਨੇ ਦੁਨੀਆ ਪਰ, ਲੇਕਿਨ ਯਾਦ ਉਹ ਰਹਿੰਦੇ ਨੇ ਜਿਹਨਾਂ ਕਿਸ ਆਪਣੇ ਦੇਸ਼ ਦਾ ਹੀ ਕਿੱਥੇ ਦਾ ਹੁੰਦਾ। ਉਹ ਮਾਂ ਪਿਓ ਵੀ ਆਪਣੇ ਵੀ ਸਵਰਗ ਵਿੱਚ ਉਹਦਾ ਵਾਸ ਕਰਿਆ, ਉਹਨੇ ਵੀ ਸਵਰਗ ਜਗ੍ਹਾ ਦਿਆ, ਹਮੇਸ਼ਾ ਹਿੰਦੁਸਤਾਨ ਦੇ ਜੰਮੂ ਕਸ਼ਮੀਰ ਦੇ ਦਿਲ ਦੇ ਵਿੱਚ ਉਹਨੇ ਵਾਸ ਕਰਨਾ। ਮੇਰੇ ਖਿਆਲ ਪਹਿਲੇ ਇਹ ਵੀਰ ਚੱਕਰੇ ਜਿਹਨੇ ਕਿ ਮਹਾਂਵੀਰ ਚੱਕਰ ਮਿਲਿਆ ਪਹਿਲਾ 1947 ਦੇ ਬਾਅਦ ਪਹਿਲਾ ਅਗਰ ਕੋਈ ਮਹਾਂਵੀਰ ਚੱਕਰ ਮਿਲਿਆ ਉਹ ਬ੍ਰਿਗੇਡੀਅਰ ਰਜਿੰਦਰ ਸਿੰਘ ਹੈ। ਉਹਦੇ ਸਟੈਚੂ ਦੀ ਹਾਲਾਤ ਦੇਖ ਲਓ, ਜਿਹੜੇ ਇਹਦੀ ਕੋਈ ਪਾਰਟੀ ਦੇ ਸਟੈਚੂ ਨਾ ਉਹਦੀ ਹਾਲਾਤ ਦੇਖ ਲਓ ਕਿੰਨੀ ਬਿਹਤਰ ਹੈ। ਫਿਰ ਮੈਂ ਇੱਕ ਵਾਰੀ ਸੁਣਾਉਣਾ, ਰਾਜਨੀਤੀ ਕੋਲ ਉੱਪਰ ਉੱਠੀ ਹੈ ਜਿਹੜੇ ਜੰਮੂ ਦਾ ਆਪਣੀਆਂ ਜੰਮੂ ਕਸ਼ਮੀਰ ਦੇ ਜਿਹਨੇ ਜਾਨਾਂ ਦਿੱਤੀ ਦੀਆਂ ਜਾਂ ਉਹਦੀ ਗੱਲ ਕਰਦੇ ਨੇ, ਉਹਦੀ ਗੱਲ ਸੁਣੀਏ, ਉਹਦੇ ਅਮਲ ਜ਼ਰੂਰ ਕਰਨਾ ਚਾਹੀਦਾ। ਜੈ ਹਿੰਦ, ਡੁੱਗਰ ਏਕਤਾ ਜ਼ਿੰਦਾਬਾਦ, ਜੰਮੂ ਕਸ਼ਮੀਰ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਬ੍ਰਿਗੇਡੀਅਰ ਰਜਿੰਦਰ ਸਿੰਘ ਜੀ ਅਮਰ। ਬ੍ਰਿਗੇਡੀਅਰ ਰਜਿੰਦਰ ਸਿੰਘ ਜੀ ਦੇ 125ਵੇਂ ਜਨਮ ਦਿਵਸ ਪਰ ਦਿਲ ਦੀ ਗਹਿਰਾਈਆਂ ਕਰਨਾ ਸ਼ੁਭਕਾਮਨਾ ਹੈ। ਔਰ ਜਿੰਨਾ ਕਿ ਤੁਸੀਂ ਕੀ ਪਤਾ ਕਿ ਬ੍ਰਿਗੇਡੀਅਰ ਰਜਿੰਦਰ ਸਿੰਘ ਜੀ ਹਿੰਦੁਸਤਾਨ ਦੇ ਪਹਿਲੇ ਮਰਨੋਪਰਾਂਤ ਪਹਿਲੇ ਮਹਾਂਵੀਰ ਚੱਕਰ ਹੋਏ, ਔਰ ਉਹਨੇ ਮਹਾਂਵੀਰ ਚੱਕਰ ਅਗਰ ਮਿਲਿਆ ਮਰਨੋਪਰਾਂਤ, ਉਹਨੇ ਜੁਲਾਈ 1947 'ਚ ਕਬਾਲੀਏ ਕਸ਼ਮੀਰ ਪਰ ਅਟੈਕ ਕੀਤਾ। ਉਹਦੇ ਕੋਲ ਸਿਰਫ ਮਹਾਰਾਜਾ ਹਰੀ ਸਿੰਘ ਜੀ ਨੇ ਉਹਨੇ ਇੱਕ ਆਦੇਸ਼ ਦਿੱਤਾ ਕਿ ਕਬਾਲੀਆਂ ਅਟੈਕ ਕਰ ਉੜਿਆ, ਤਾਂ ਬ੍ਰਿਗੇਡੀਅਰ ਰਜਿੰਦਰ ਸਿੰਘ ਜੀ ਤੁਸੀਂ ਜਾਓ ਔਰ ਕਸ਼ਮੀਰ ਕੀ ਬਚਾਓ। ਤਾਂ ਬ੍ਰਿਗੇਡੀਅਰ ਰਜਿੰਦਰ ਸਿੰਘ ਜੀ 100 ਡੋਗਰਾ ਫੋਰਸ ਫੌਜੀ ਲਈ ਹੈ ਉਸ ਉੜੀ ਦੇ ਵਿੱਚ, ਉਹਨੇ 4 ਦਿਨ ਲਗਾਤਾਰ ਪਾਕਿਸਤਾਨੀ ਔਰ ਜਿਹੜੇ ਕਬਾਲੀ ਅਟੈਕ ਹੋਆ ਦੇ ਉਹਨੇ ਕੀ ਉੱਥਾਂ ਲਾਸਟ ਦਮ ਤੱਕ ਉਹ ਲੜਦੇ ਰਹੇ ਔਰ ਉੱਥੋਂ ਉਹਨੇ ਲਾਸਟ ਜੀ ਉਹਨੇ ਸ਼ਹਾਦਤ ਪਾਈ। ਤੁਸੀਂ ਦੇਖੋ ਕਿ ਡੋਗਰਾ ਜਿਹੜੇ ਸਾਡੇ ਸ਼ੂਰਵੀਰ ਹੈ, ਜਿਹੜੇ 100 ਸ਼ੂਰਵੀਰ ਹੈ ਡੋਗਰਾ, ਉਹਨੇ ਕਸ਼ਮੀਰ ਕੀ ਕਿੰਨਾ ਬਚਾਇਆ। 10,000 ਕਬਾਲੀਆਂ ਦਾ ਜਿਹੜਾ ਅਟੈਕ ਆ ਜਿਹਦੇ 'ਚ ਪਾਕਿਸਤਾਨ ਦੀ ਵੀ ਸੈਨਾ ਸ਼ਾਮਿਲ ਸੀ, ਲੇਕਿਨ ਅੱਜ ਸਾਡੇ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਲੱਖਾਂ ਆਰਮੀ ਦੇ ਲੋਕ, ਲੱਖਾਂ ਪੁਲਿਸ, ਲੱਖਾਂ CRP, ਲੇਕਿਨ ਤੁਸੀਂ ਦੇਖਾ ਦਿਓ ਪਿਛਲੇ 1 ਹਫ਼ਤੇ ਦੇ ਅੰਦਰ ਅੰਦਰ ਜੰਮੂ ਦੇ ਰੀਜਨ ਦੇ ਜੰਮੂ ਪ੍ਰੋਵਿੰਸ ਦੇ ਵਿੱਚ 4 ਅਟੈਕ ਹੋਏ ਨੇ ਲਗਾਤਾਰ, ਔਰ ਜਿਹਦੇ 'ਚ ਸਾਡੇ ਵੀਰ ਜਵਾਨ ਵੀ ਸ਼ਹੀਦ ਹੋਏ ਨੇ। ਸਾਡੀ ਰਿਆਸੀ ਦੇ ਵਿੱਚ ਤੁਸੀਂ ਦੇਖੀ ਹੋਣੀਆਂ ਸਾਡੀ ਮਹਿਲਾ, ਸਾਡੀਆਂ ਬੱਚੇ ਕਿੰਨੀਆਂ ਉਹ ਮਤਲਬ ਕਿ ਸ਼ਹੀਦ ਹੋਏ ਨੇ, ਕਿੰਨੀਆਂ ਮਿਲੀਟੈਂਟ ਦੇ ਇੱਥੇ ਅਟੈਕ ਹੋਆ ਦੇ ਨੇ। ਹੁਣ ਤੁਸੀਂ ਕਠੂਆ ਦੇਖਿਆ, ਡੋਡਾ ਦੇਖਿਆ। ਮੈਂ ਸਰਕਾਰ ਕੀ ਆਖਣਾ ਚਾਹੁੰਦਾ ਕਿ ਭਾਈ ਅਗਰ ਤੁਹਾਡੇ ਕੋਲਾ ਜੰਮੂ ਕਸ਼ਮੀਰ ਨਹੀਂ ਸੰਭਲਵਾਦਾ ਤਾਂ ਡੋਗਰੇ ਅੱਜ ਵੀ ਉਹ ਸਾਰੇ ਡੋਗਰੇ ਦਾ ਉਹ ਖੂਨ ਹੈ। ਤੁਸ ਡੋਗਰੇ ਕੀ ਦੁਬਾਰਾ ਇੱਕ ਵਾਰੀ ਮੌਕਾ ਦਿਓ ਕਿ ਇਸ ਰਿਆਸਤ ਕੀ ਸੰਭਾਲੇ ਨਾ, ਕਿਉਂਕਿ ਸਾਡੇ ਜੰਮੂ ਦੇ ਡੋਗਰੇ ਇੰਨੇ ਸਖਸ਼ਮ ਨੇ। ਅਗਰ ਅਸ 100 ਆਦਮੀ 10,000 ਆਦਮੀ ਕਬਾਲੀਆਂ ਦਾ ਮਤਲਬ ਕਿ ਮੁਕਾਬਲਾ ਕਰੀ ਸਕਦੇ ਹਾਂ ਤਾਂ ਸਾਡੇ ਅੱਜ ਇੱਥੇ ਲੱਖਾਂ ਨੌਜਵਾਨ ਜਿਹੜੇ ਨੇ ਬੇਰੁਜ਼ਗਾਰ ਨੇ, ਔਰ ਆਰਮੀ ਪੁਲਿਸ ਉਹਨੇ ਕੀ ਭਰਤੀ ਕਰੇ ਤਾਂ ਕਿ ਇਹ ਜਿਹੜੇ ਆਤੰਕਵਾਦ ਦੇ ਹਮਲੇ ਹੋ ਜਾਂਦੇ ਨੇ ਜੰਮੂ ਪ੍ਰੋਵਿੰਸ ਦੇ ਵਿੱਚ, ਅਸ ਉਹਦਾ ਮੂੰਹ ਤੋੜ ਜਵਾਬ ਦੇਗੇ। ਔਰ ਮੈਂ ਸਰਕਾਰ ਕੀ ਫਿਰ ਇੱਕ ਵਾਰੀ ਬੜੀ ਵਿਨਮਰਤਾ ਕਰਨਾ ਔਰ ਇਹ ਆਖਣਾ ਚਾਹੁੰਦਾ ਕਿ ਤੁਸ ਆਤੰਕਵਾਦ ਦੀ ਨਕੇਲ ਕੱਸੋ
ਪ੍ਰਧਾਨ ਮੰਤਰੀ ਜੀ, ਐਲ ਜੀ ਸਾਹਿਬ, ਆਪਣੇ ਦਫ਼ਤਰੇ ਘੱਟ ਭਾਸ਼ਣ ਦਿਓ ਔਰ ਗਰਾਊਂਡ ਦੀ ਸਿਚੁਏਸ਼ਨ ਕੀ ਸਮਝੋ। ਬਾਹਰ ਦੇ ਪਾਕਿਸਤਾਨ ਦੀ ਤਾਕਤਾਂ ਜੰਮੂ ਕਸ਼ਮੀਰ ਕੀ ਬਰਬਾਦ ਕਰਨ ਦੀ ਪਿਛਲੇ 40-50 ਸਾਲ ਦੀ ਜਿਹੜੀ ਕੋਸ਼ਿਸ਼ ਹੈ ਉਸੀ ਨਾਕਾਮਯਾਬ ਕਰੋ ਔਰ ਇਹ ਜਿਹੜੇ ਡੇਲੀ ਇੱਥੇ ਅੱਜ ਅਟੈਕ ਹੋ ਵਧਣਾ ਉਹਦੇ ਉੱਪਰ ਨਕੇਲ ਕੱਸੀ ਜਾਏ। ਜੈ ਹਿੰਦ, ਜੈ ਭਾਰਤ।